ਸਸਰੀ ਗੱਲ ਦੋਸਤੋ ਟੈਸ਼ਰ ਪੰਜਾਬੀ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬੀ ਇੰਡਸਟਰੀ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੂਵੀ ਜੈਸਾ ਹੀਮ ਸਟੂਡੈਂਟ ਦੀ ਫੀਮੇਲ ਐਕਟਰੈਸ ਮੰਡੀ ਟੱਕਰ ਦੀ ਜਿਸ ਨੇ ਕਿ ਅੱਜ ਮੂਵੀ ਬਾਰੇ ਤੇ ਸਿੱਧੂ ਮੂਸੇਵਾਲਾ ਬਾਰੇ ਪੁੱਛੇ 11 ਸਵਾਲਾਂ ਦੇ ਜਵਾਬ ਦਿੱਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ 2 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਜੈਸਾ ਹੀਮ ਸਟੂਡੈਂਟ ਬਾਈ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਇੱਕ ਇੱਕ ਕਰਕੇ ਇਸ ਤੇ ਗੀਤ ਵੀ ਰਿਲੀਜ਼ ਹੋ ਰਹੇ ਹਨ ਤੇ ਇਸ ਸਭ ਉੱਪਰ ਹੁਣ ਫਿਲਮ ਦੀ ਮੇਨ ਐ ਕਾਫੀ ਗੱਲਾਂ ਬਾਤਾਂ ਸ਼ੇਅਰ ਕੀਤੀਆਂ ਹਨ ਮੰਡੀ ਟੈਕਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਫੈਨਸ ਨੂੰ ਕਿਹਾ ਕਿ ਤੁਸੀਂ ਮੈਨੂੰ ਜੈਸਾ ਜਮ ਸਟੂਡੈਂਟ ਨਾਲ ਰਿਲੇਟਡ 11 ਕੁਐਸਚਨ ਪੁੱਛ ਸਕਦੇ ਹੋ ਜਿਸ ਤੋਂ ਬਾਅਦ ਇੱਕ ਫੈਨ ਨੇ ਪੁੱਛਿਆ ਕਿ ਫਿਲਮ ਕਿਹੜੀ ਕੰਟਰੀ ਵਿੱਚ ਸ਼ੂਟ ਹੋਈ ਹੈ ਜਿਸ ਦਾ ਜਵਾਬ ਮੰਡੀ ਟੈਕਰ ਨੇ ਕੈਨੇਡਾ ਦਿੱਤਾ ਇਸ ਤੋਂ ਬਾਅਦ ਦੂਸਰਾ ਸਵਾਲ ਵਿੱਚ ਇੱਕ ਫੈਨ ਨੇ ਪੁੱਛਿਆ ਕਿ ਮੂਵੀ ਦਾ ਮੇਨ ਏਮ ਕੀ ਹੈ ਤਾਂ ਇਸ ਦਾ ਜਵਾਬ ਦਿੰਦੇ ਹੋਏ ਮੈਂਡੀ ਟੈਕਰ ਨੇ ਕਿਹਾ ਕਿ ਮਿਹਨਤ ਕਰੋ ਤੇ ਆਪਣੇ ਸੁਪਨੇ ਪੂਰੇ ਕਰੋ ਇਹ ਮੈਟਰ ਨਹੀਂ ਕਰਦਾ ਕਿ ਸਫਰ ਕਿੰਨਾ ਹਾਰਡ ਹੈ ਇਸ ਦੇ ਨਾਲ ਹੀ ਇੱਕ ਹੋਰ ਫੈਨ ਨੇ ਪੁੱਛਿਆ ਕਿ ਕੀ ਇਹ ਮੂਵੀ ਸਿੱਧੂ ਮੂਸੇਵਾਲਾ ਤੇ ਬਣੀ ਹੈ ਤਾਂ ਇਸ ਦਾ ਜਵਾਬ ਦਿੰਦੇ ਹੋਏ ਮੈਂਡੀ ਟੈਕਰ ਨੇ ਕਿਹਾ ਕਿ ਇਹ ਇੰਟਰਨੈਸ਼ਨਲ ਸਟੂਡੈਂਟ ਦੀ ਸਟਰਗਲ ਦੀ ਸਟੋਰੀ ਹੈ ਇਹ ਹਰ ਉਸ ਇਨਸਾਨ ਦੀ ਸਟੋਰੀ ਹੈ ਜਿਸ ਨੇ ਜ਼ੀਰੋ ਤੋਂ ਸ਼ੁਰੂ ਕਰਕੇ ਆਪਣੀ ਜ਼ਿੰਦਗੀ ਨੂੰ ਸਵਾਰਨ ਲਈ ਹਾਰ ਨਹੀਂ ਮੰਨੀ ਇਸ ਤੋਂ ਬਾਅਦ ਇੱਕ ਹੋਰ ਫੈਨ ਨੇ ਸਿੱਧੂ ਮੂਸੇਵਾਲਾ ਦੇ ਨੇਚਰ ਬਾਰੇ ਪੁੱਛਦੇ ਹੋਏ ਕਿਹਾ ਕਿ ਤੁਹਾਨੂੰ ਉਹਨਾਂ ਦਾ ਨੇਚਰ ਕਿਵੇਂ ਲੱਗਿਆ ਤੇ ਮੈਂਡੀ ਟੈਕਰ ਨੇ ਜਵਾਬ ਦਿੱਤਾ ਕਿ ਸਿੱਧੂ ਦਾ ਨੇਚਰ ਬਹੁਤ ਸ਼ਾਂਤ ਹੈ ਤੇ ਮੈਂ ਸ਼ੂਟਿੰਗ ਦੌਰਾਨ ਕਦੇ ਵੀ ਸਿੱਧੂ ਨੂੰ ਆਵਾਜ਼ ਉਠਾਉਂਦੇ ਨਹੀਂ ਦੇਖਿਆ ਚਾਹੇ ਕੁਝ ਵੀ ਹੋ ਜਾਵੇ ਆਪਣੇ ਇਮੋਸ਼ਨ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਹੀ ਕਠਨ ਤੇ ਵਧੀਆ ਕੁਆਲਿਟੀ ਹੈ ਇਸ ਤੋਂ ਬਾਅਦ ਮੈਂਡੀ ਟੈਕਰ ਨੇ ਇਹ ਵੀ ਦੱਸਿਆ ਕਿ ਮੂਵੀ ਵਿੱਚ ਕੁੱਲ 6 Song ਹੋਣਗੇ ਤੇ ਫਿਲਮ ਵਿੱਚ ਉਸ ਦਾ ਫੇਵਰਟ Song ਜਾਨ ਹੈ ਇਸ ਦੇ ਨਾਲ ਹੀ ਮੰਡੀ ਟੈਕਰ ਨੇ ਦੱਸਿਆ ਕਿ ਨੈਕਸਟ Song ਯਾਰੀਆਂ ਰਿਲੀਜ਼ ਹੋਵੇਗਾ ਜਦੋਂ ਮੰਡੀ ਟੈਕਰ ਨੂੰ ਪੁੱਛਿਆ ਗਿਆ ਕਿ ਮੂਵੀ ਦਾ ਬੈਸਟ ਪਾਰਟ ਕੀ ਹੈ ਤੁਹਾਡੇ ਲਈ ਤਾਂ ਮੰਡੀ ਟੈਕਰ ਨੇ ਕਿਹਾ ਕਿ ਮੂਵੀ ਦਾ ਕਨਸੈਪਟ ਹੀ ਬੈਸਟ ਪਾਰਟ ਹੈ ਇਦਾਂ ਦੀ ਸਟੋਰੀ ਅਜੇ ਆਈ ਨਹੀਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਦੋਸਤੋ ਇਹ ਸੀ ਮੰਡੀ ਵੱਲੋਂ ਦਿੱਤੇ ਗਏ ਸਵਾਲਾਂ ਦੇ ਜਵਾਬ ਬਾਕੀ ਤੁਹਾਨੂੰ ਇਸ ਮੂਵੀ ਦੀ ਕਿੰਨੀ ਕੁ ਵੇਟ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਅਪਡੇਟ ਲਈ ਚੈਨਲ ਟੇਸ਼ਨ ਪੰਜਾਬੀ ਲਾਈਵ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ